ਸਾਰੇ ਜੀ ਨੌਜਵਾਨ ਮੁੰਡਿਆਂ 'ਚ ਬਹੁਤ ਰੁਝਾਨ ਹੈ ਇਸ ਚੀਜ਼ ਦਾ। ਠੀਕ ਹੈ। ਉਹ ਆ ਕੇ ਮੇਰਾ ਫਾਰਮ ਦੇਖ ਕੇ ਹਰੇਕ ਕਹਿੰਦਾ ਜੀ ਅੰਕਲ ਜੀ ਅਸੀਂ ਬੱਕਰੀਆਂ ਵੀ ਪਾਲਣੀਆਂ ਨੇ ਨਾਲ ਨਾਲ ਤੇ ਸੋਡਿਆਂ ਨੂੰ ਘੋੜੀਆਂ ਵੀ ਰੱਖਣੀਆਂ। ਠੀਕ ਹੈ। ਘੋੜੀਆਂ ਵੱਲ ਵੀ ਲਗਾ ਕਾਫੀ ਵੱਡਾ ਰੁਝਾਨ ਆ ਲੋਕਾਂ ਦੇ ਬੱਕਰੀਆਂ ਵੱਲ ਵੀ। ਠੀਕ ਹੈ। ਹੁਣ ਨੌਜਵਾਨ ਮੁੰਡੇ ਤੁਸੀਂ ਆਹ ਦੇਖਿਆ ਹੋਣਾ ਵੀ 2-3 ਮਹੀਨੇ ਦਾ ਟ੍ਰੈਂਡ ਇਹ ਆ ਵੀ ਲੋਕ ਬਾਹਰ ਜਾਣ ਦੀ ਬਜਾਏ ਇੱਥੇ ਕੰਮ ਕਰਨਾ ਪਸੰਦ ਕਰਦੇ ਆ। ਬੋਰ ਦਾ ਕੰਮ ਤਾਂ ਜੀ ਤੁਹਾਨੂੰ ਪਤਾ ਜੀ 2000 ਰੁਪਏ ਕਿਲੋ ਵਿਕਦਾ ਗਾ ਜੀ ਤੇ ਲੈਣ ਵੇਲੇ ਉਹੀ ਦੂਜੇ ਬੱਕਰਿਆਂ ਦੇ ਜਿਹੜਾ ਕਾਟੂ ਦਾ ਰੇਟ ਚੱਲਦਾ ਉਸੇ ਰੇਟ ਹੀ ਵਿਕਦੇ ਆ। ਠੀਕ ਹੈ। ਵੀ ਯਾਨੀ ਕਿ ਭਾਅ ਹੀ ਰਹਿੰਦਾ ਉਹਦਾ ਬਾਅਦ ਚ ਭਾਅ ਹੀ ਰਹਿੰਦਾ ਗਾ। ਹੁਣ ਤੁਸੀਂ ਦੇਖੋ ਵੀ 2000 ਰੁਪਏ ਪਹਿਲਾਂ ਆਪਾਂ ਲੈ ਲਿਆ ਤੇ ਉਹਨੂੰ ਫਿਰ ਆਪਾਂ ਕਿੱਥੇ ਵੇਚਾਂਗੇ ਕਿੱਥੇ ਵੇਚਾਂਗੇ ਜਦ ਅਗਲਾ 2000 ਸਾਹਮਣੇ ਵਾਲਾ ਆਪਾਂ ਤੋਂ ਲਵੇ ਜਿਹੜਾ ਐ ਕਹਿੰਦਾ ਹੁੰਦਾ ਨਹੀਂ ਇਹ ਇੰਨਾ ਵੇਟ ਕਰਦਾ ਇੱਕ ਦਿਨ ਦੇ ਵਿੱਚ ਉਹ ਗੱਲਾਂ ਕਿਵੇਂ ਨਹੀਂ ਆ ਬਈ ਜੀ ਵੇਟ ਕਰ ਜੇ ਜਿੰਨਾ ਮਰਜ਼ੀ ਕਰ ਜੇ ਵੇਟ ਵੇਟ ਦਾ ਕੁਝ ਖਾਊਗਾ ਤਾਂ ਫੇਰ ਹੀ ਵੇਟ ਕਰੂਗਾ। ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਦੇ ਉੱਤੇ। ਇਸ ਸਮੇਂ ਆਪਾਂ ਖੜੇ ਆਂਗੇ ਤੁੰਗਵਾਲੀ ਬੱਕਰੀਆਂ ਦੀ ਮੰਡੀ ਦੇ ਵਿੱਚ ਜੋ ਕਿ ਵੀਰਵਾਰ ਨੂੰ ਮੰਡੀ ਲੱਗਦੀ ਹੈ। ਗੱਲਬਾਤ ਕਰੀਏ ਪੰਜਾਬ ਦੀ ਸਭ ਤੋਂ ਵੱਡੀ ਅਤੇ ਪਹਿਲੀ ਬੱਕਰੀਆਂ ਦੀ ਮੰਡੀ ਹੋ ਨਿਬੜੀ ਹੈ ਤੁੰਗਵਾਲੀ। ਦੂਰ ਦੂਰ ਤੋਂ ਵਪਾਰੀ ਕਿਸਾਨ ਭਰਾ ਜਿਹੜੇ ਇਸ ਮੰਡੀ ਦੇ ਵਿੱਚ ਆਉਂਦੇ ਨੇ ਨਗ ਵੇਚਦੇ ਵੀ ਨੇ ਅਤੇ ਖਰੀਦ ਕੇ ਵੀ ਲੈ ਕੇ ਜਾਂਦੇ ਨੇ ਦਿਹਾੜੀ ਵੀ ਬਣਾਉਂਦੇ ਨੇ ਆਪੋ ਆਪਣੀ ਹੈ ਨਾ। ਬਾਕੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਇਸ ਮੰਡੀ ਦੇ ਓਨਰ ਡਾਕਟਰ ਬਲਵਿੰਦਰ ਸਿੰਘ ਜੀ ਮਾਨ ਜੋ ਕਿ ਆਪਣੇ ਰਾਜਨੀਤਿਕ ਰਝੇਵਿਆਂ ਦੇ ਵਿੱਚ ਇਸ ਮੰਡੀ ਨੂੰ ਵੀ ਚਲਾਉਂਦੇ ਨੇਗੇ। ਗੱਲਬਾਤ ਕਰਦੇ ਹੁਣ ਇਹਨਾਂ ਦੇ ਨਾਲ ਆਪਾਂ ਜਿਸ ਤਰ੍ਹਾਂ ਕਿ ਕਣਕਾਂ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਸੀਜ਼ਨ ਦਾ ਵੀ ਟਾਈਮ ਆ ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਉਹ ਸਾਰਾ ਦੱਸਦੇ ਹਾਂ ਤੁਹਾਨੂੰ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਤੁਹਾਡਾ ਐਲਪੀ ਰਾਣਾ ਯੂਟਿਊਬ ਚੈਨਲ ਐਲਪੀ ਰਾਣਾ ਫੇਸਬੁੱਕ ਪੇਜ ਜਿੰਨੇ ਤੁਹਾਡੇ ਦਰਸ਼ਕ ਆ ਸਾਰੇ ਤੁਹਾਨੂੰ ਇੰਨਾ ਪਿਆਰ ਦੇ ਰਹੇ ਆ ਸਾਰਿਆਂ ਨੂੰ ਜਿਉ ਆਇਆ ਮੇਰੇ ਵੱਲੋਂ ਅਤੇ ਧੰਨਵਾਦ ਜਿਹੜਾ ਤੁਹਾਨੂੰ ਇੰਨਾ ਕੀਮਤੀ ਸਮਾਂ ਕੱਢ ਕੇ ਤੁਹਾਨੂੰ ਇੰਨਾ ਪਿਆਰ ਕਰਦੇ ਆ। ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਹੁਣ ਸੀਜ਼ਨ ਦਾ ਵੀ ਦੌਰ ਆ ਜੋਬਨ ਤੇ ਸੀਜ਼ਨ ਆਗਾ ਕਣਕਾਂ ਦੀ ਬਿਜਾਈ ਚੱਲ ਰਹੀ ਆ ਮੰਡੀ 'ਚ ਵਪਾਰੀ ਕਿੱਥੋਂ ਕਿੱਥੋਂ ਆਇਆ ਹੋਇਆ? ਵਪਾਰੀ ਤਾਂ ਜੀ ਪੂਰੀ ਆਲ ਓਵਰ ਇੰਡੀਆ ਤੋਂ ਅੱਜ ਮਹਾਰਾਸ਼ਟਰ ਤੋਂ ਕਾਫੀ ਪਾਰਟੀਆਂ ਨੇ ਯੂਪੀ ਦੀਆਂ ਨੇ ਰਾਜਸਥਾਨ ਹਰਿਆਣਾ ਹਿਮਾਚਲ ਤੇ ਅਦਰ ਸਟੇਟਾਂ ਤੋਂ ਹੋਰ ਵੀ ਕਾਫੀ ਜਾਨਵਰ ਲੈਣ ਵਾਸਤੇ ਲੋਕ ਆਏ ਆ ਤੇ ਜੇ ਆਪਾਂ ਗੱਲ ਕਰੀਏ ਮਾਲ ਵੇਚਣ ਵਾਸਤੇ ਬਹੁਤ ਜ਼ਿਆਦਾ ਕਣਕਾਂ ਮਾਹੌਲ ਤਾਂ ਤੁਹਾਨੂੰ ਪਤਾ ਵੀ ਸਦਾ ਹੀ ਵਿਆਹ ਵਰਗਾ ਰਹਿੰਦਾ ਮੰਡੀ ਦਾ ਤਾਂ ਹਾਂ ਤੇ ਲੋਕ ਰਾਤ ਤੋਂ ਆਉਣ ਲੱਗ ਪੈਂਦੇ ਆ ਕਾਫੀ ਕੱਲ੍ਹ ਪਾਰਟੀਆਂ ਆਈਆਂ ਸੀ ਕੁਛ ਰਾਤ ਆਈਆਂ ਤੇ ਸੁਬਾਹ ਹੁਣ ਵੀ ਤੁਸੀਂ ਦੇਖੋ ਵੀ ਕਾਫੀ ਟਾਈਮ ਹੋ ਚੁੱਕਿਆ ਫਿਰ ਵੀ ਲੋਕ ਵੱਡੀ ਪੱਧਰ ਦੇ ਉੱਤੇ ਨਾਲੇ ਗੱਡੀਆਂ ਜਾ ਰਹੀਆਂ ਦੂਰ ਵਾਲੀਆਂ ਫਿਰ ਵੀ ਬਹੁਤ ਜ਼ਿਆਦਾ ਰਸ ਆ ਜੀ। ਡਾਕਟਰ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਵੀ ਸਰਦੀਆਂ ਦਾ ਮੌਸਮ ਆ ਜਾਂ ਗਰਮੀਆਂ ਦਾ ਹੁੰਦਾ ਨਾ ਵੀ ਇਹਦੇ ਵਿੱਚ ਕੋਈ ਐਂ ਜ਼ਰੂਰ ਹੁੰਦਾ ਗਾ ਵੀ ਹਾਂ ਹੁਣ ਬੱਕਰੇ ਹੀ ਵਿਕਣਗੇ ਜਾਂ ਬੱਕਰੀਆਂ ਹੀ ਵਿਕਣਗੀਆਂ? ਨਹੀਂ ਬਾਈ ਜੀ ਕੋਈ ਉਹ ਨਹੀਂ ਹੁੰਦਾ ਤੁਸੀਂ ਹੁਣ ਜੇ ਬੱਕਰੇ ਵਧੀਆ ਵਿਕ ਰਹੇ ਆ ਕੁਰਬਾਨੀ ਵਾਸਤੇ ਬੱਕਰੇ ਜਾ ਰਹੇ ਆ ਬਾਹਰ ਜੇ ਯੂਪੀ ਤੋਂ ਆ ਰਹੇ ਆ ਮਹਾਰਾਸ਼ਟਰ ਤੋਂ ਪਾਰਟੀਆਂ ਆ ਰਹੀਆਂ ਰਾਜਸਥਾਨ ਦੀਆਂ ਪਾਰਟੀਆਂ ਆ ਰਹੀਆਂ ਹਰਿਆਣੇ ਦੀਆਂ ਆ ਰਹੀਆਂ ਨੇ ਜਿਹੜੇ ਬੱਕਰੇ ਨੂੰ ਖਲਿਆਰ ਕੇ ਪਾਲਦੇ ਆ ਉਹ ਬੱਕਰੇ ਇਕੱਠੇ ਕਰਨ ਲੱਗ ਗਏ ਤੁਹਾਨੂੰ ਪਤਾ ਦੁਬਈ ਬਹੁਤ ਵੱਡੀ ਮਾਤਰਾ ਦੇ ਵਿੱਚ ਬੱਕਰਾ ਜਾ ਰਿਹਾ ਹੈਗਾ ਉਹਦੇ ਨਾਲ ਵੀ ਕੁਝ ਰੇਟਾਂ ਦਾ ਜ਼ਿਆਦਾ ਫਰਕ ਪੈ ਰਿਹਾ। ਸਾਹਿਬ ਐਸਟੀਮੇਟ ਕਿੰਨਾ ਕਰ ਰਹਿੰਦਾ ਵੀ ਅੱਜ ਮੰਡੀ ਤੇ ਕਿਉਂਕਿ ਤੁਹਾਡੇ ਕੋਲ ਸਾਰਾ ਰਿਕਾਰਡ ਹੁੰਦਾ ਗਾ ਮੰਡੀ ਦਾ ਵੀ ਕਿੰਨਾ ਕੁ ਜਾਨਵਰ ਆ ਜਾਂਦਾ ਗਾ? ਐਸਟੀਮੇਟ ਜੀ ਕੋਈ ਉਹ ਨਹੀਂ ਐਸਟੀਮੇਟ। ਅੱਛਾ। ਕਿਉਂਕਿ ਹੁਣ ਕੰਮ ਹੀ ਇੰਨੇ ਆਪਾਂ ਇਹੋ ਜਿਹਾ ਕੁਛ ਆਪਾਂ ਨੂੰ ਆਪਾਂ ਜੋੜ ਹੀ ਨਹੀਂ ਪਾਉਂਦੇ ਬਈ ਆ ਕਿੰਨੇ ਕੁ ਨਾਗ ਆ ਗਏ ਜਾਨੀ 4-5 ਹਜ਼ਾਰ ਨਾਗ ਆ ਜਾਂਦਾ। 4-5 ਨਾਗ? ਹਾਂ 5 ਹਜ਼ਾਰ ਆ। 4-5 ਹਜ਼ਾਰ ਨਾਗ? ਹਾਂ ਠੀਕ ਹੈ ਜਿਹਦੇ ਵਿੱਚ ਦੂਰ ਦੂਰ ਦੀਆਂ ਬੱਕਰੀਆਂ ਦੂਰ ਦੀਆਂ ਬੱਕਰੀਆਂ ਲੋਕ ਲੈ ਕੇ ਆਉਂਦੇ ਆ ਤੇ ਮੰਡੀ ਦੀ ਗੱਲਬਾਤ ਕਰੀਏ ਜਿਹੜੇ ਦੂਰੋਂ ਆਉਂਦੇ ਨੇ ਉਹ ਪਹਿਲਾਂ ਪਹੁੰਚ ਰਹੇ ਨੇ ਜਾਂ ਮੌਕੇ ਦੀ ਪਹੁੰਚਦੇ ਨੇ ਫਿਰ? ਜਿਹੜੇ ਦੂਰੋਂ ਆਉਂਦੇ ਉਹ ਤਾਂ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਸਾਡੇ ਕੋਲ ਸਾਰੇ। ਠੀਕ ਹੈ। ਇੱਕ ਦਿਨ ਇੱਕ ਰਾਤ ਕਈ ਵਾਰੀ ਪਹਿਲਾਂ ਆ ਜਾਂਦੇ ਕੋਈ ਰੋਜ਼ ਰਾਤ ਨੂੰ ਆ ਜਾਂਦੇ ਕੋਈ ਇੱਕ ਦਿਨ ਪਹਿਲਾਂ ਦਾ ਆ ਜਾਂਦੇ ਸਾਡੇ ਕੋਲੇ ਜਿੰਨੀਆਂ ਦੂਰ ਦੀਆਂ ਪਾਰਟੀਆਂ ਕੋਈ ਲੈਣ ਵਾਲੀਆਂ ਨੇ ਹੁਣ ਕਾਫੀ ਪਾਰਟੀਆਂ ਜੇ ਰਾਤ ਨੂੰ ਰੁਕਣੀਆਂ ਵੀ ਉਹ ਤੜਕੇ ਮਾਲ ਲੋਡ ਕਰਕੇ ਲੈ ਕੇ ਜਾਣਗੀਆਂ ਜਾਂ ਕੋਈ ਦੂਰ ਦਰਾਡੇ ਤੋਂ ਆਏ ਆ ਜਿਨ੍ਹਾਂ ਦਾ ਕੋਈ ਬੱਸਾਂ ਤੇ ਆਏ ਹੁੰਦੇ ਆ ਉਹ ਜੇ ਰੁਕਣਗੇ ਲੋਕ। ਹਾਂਜੀ ਕਾਫੀ ਵੱਡੀ ਮਾਤਰਾ 'ਚ ਲੋਕ ਆਪਣੇ ਕੋਲੇ ਰੁਕਦੇ ਵੀ ਆ ਤੇ ਹੁਣ ਇੱਕ ਤੁਸੀਂ ਦੇਖੋਗੇ ਬਈ ਬਹੁਤ ਵੱਡੀ ਮਾਤਰਾ ਵਿੱਚ ਫਾਰਮ ਬਣ ਰਹੇ ਆ ਜੀ ਆ ਹੁਣ ਝੋਨਾ ਵਗੈਰਾ ਵੱਢ ਲਿਆ ਲੋਕਾਂ ਨੇ ਵਿਹਲੇ ਹੋ ਗਏ ਹੁਣ ਨਵੇਂ ਨਵੇਂ ਫਾਰਮ ਆ ਡੇਲੀ 10-15 ਲੋਕ ਨਵੇਂ ਆ ਰਹੇ ਆ ਜਿਹੜੇ ਡੇਲੀ ਨਵੇਂ ਨਵੇਂ ਫਾਰਮ ਬਣਾਉਣ ਵਾਸਤੇ ਆ ਰਹੇ ਆ। ਠੀਕ ਹੈ। ਕਿੰਨੀ ਕੁ ਰਿਕੁਆਇਰਮੈਂਟ ਆਉਂਦੀ ਹੈ ਫਾਰਮਾਂ ਦੀ ਵੀ ਹਾਂ ਬਈ ਅਸੀਂ ਇਸ ਕੰਮ ਨੂੰ ਤੁਹਾਡੇ ਨੂੰ ਦੇਖਦੇ ਆਂਗੇ ਉਤਸ਼ਾਹ ਕਿੰਨਾ ਕਾਗਾ? ਬਹੁਤ ਜ਼ਿਆਦਾ। ਕਿਹੜੇ ਲੋਕਾਂ 'ਚ ਜ਼ਿਆਦਾ? ਲੋਕਾਂ 'ਚ ਸਾਰਿਆਂ 'ਚ ਨੌਜਵਾਨ ਮੁੰਡਿਆਂ 'ਚ ਬਹੁਤ ਰੁਝਾਨ ਹੈ ਇਸ ਚੀਜ਼ ਦਾ। ਠੀਕ ਹੈ। ਉਹ ਆ ਕੇ ਮੇਰਾ ਫਾਰਮ ਦੇਖ ਕੇ ਹਰੇਕ ਕਹਿੰਦਾ ਜੀ ਅੰਕਲ ਜੀ ਅਸੀਂ ਬੱਕਰੀਆਂ ਹੀ ਪਾਲਣੀਆਂ ਨੇ ਨਾਲ ਨਾਲ ਤੇ ਸੋਡਿਆਂ ਨੂੰ ਘੋੜੀਆਂ ਵੀ ਰੱਖਣੀਆਂ। ਠੀਕ ਹੈ। ਘੋੜੀਆਂ ਵੱਲ ਵੀ ਲਗਾ ਕਾਫੀ ਵੱਡਾ ਰੁਝਾਨ ਆ ਲੋਕਾਂ ਦੇ ਬੱਕਰੀਆਂ ਵੱਲ ਵੀ। ਠੀਕ ਹੈ। ਹੁਣ ਨੌਜਵਾਨ ਮੁੰਡੇ ਤੁਸੀਂ ਆਹ ਦੇਖਿਆ ਹੋਣਾ ਵੀ 2-3 ਮਹੀਨੇ ਦਾ ਟ੍ਰੈਂਡ ਇਹ ਆ ਵੀ ਲੋਕ ਬਾਹਰ ਜਾਣ ਦੀ ਬਜਾਏ ਇੱਥੇ ਕੰਮ ਕਰਨਾ ਪਸੰਦ ਕਰਦੇ ਆ। ਇਹੋ ਜਿਹੇ ਲੋਕ ਮੈਨੂੰ ਆਹ ਦਿਨਾਂ 'ਚ ਮਿਲ ਕੇ ਗਏ ਆ ਜਿਹੜੇ ਵੀਜ਼ੇ ਅਪਲਾਈ ਵੀ ਕੀਤੇ ਆ 20-20 ਹਜ਼ਾਰ ਰੁਪਏ ਫੀਸ ਵੀ ਦੇਈ ਬੈਠੇ ਆ ਤੇ ਫਿਰ ਵੀ ਕਹਿੰਦੇ ਅੰਕਲ ਸਾਡਾ ਜਾਣ ਨੂੰ ਜੀ ਨਹੀਂ ਕਰਦਾ ਅਸੀਂ ਇੱਥੇ ਫਾਰਮ ਬਣਾਉਣਾ। ਠੀਕ ਹੈ। ਵੀ ਫੀਸ ਦੇ ਕੇ ਵੀ
किस तरह का जानवर पालना चाहिए भी जिहड़ा उहदा हत्थों हत्थी विक जाए जी। ਵੀਰ ਜੀ ਚੰਗੀ ਬਰਬਰੀ ਹਾਂ ਚੰਗੀ ਬੀਟਲ ਹਾਂ ਜੇ ਆਪਾਂ ਪਾਲਦੇ ਹਾਂ ਜਾਨਵਰ ਹੱਥੋਂ ਹੱਥੀ ਵਿਕਦੇ ਹਾਂ ਮੰਡੀ ਦੇ ਵਿੱਚ ਆਪਾਂ ਕਾਫੀ ਦੇਖਦੇ ਹਾਂ ਵੀ ਇਹੋ ਜਿਹੇ ਨਾਗ ਹੁੰਦੇ ਆ ਆਪਾਂ ਨੂੰ 5-7 ਹਜ਼ਾਰ ਰੁਪਏ ਵੱਧ ਵੀ ਆਪਾਂ ਲਾ ਦਿੰਦੇ ਹਾਂ ਉੱਤੇ ਠੀਕ ਹੈ ਕਿਉਂਕਿ ਉਹ ਸੋਹਣਾ ਬਹੁਤ ਜ਼ਿਆਦਾ ਹੁੰਦਾ ਹੈਗਾ ਕੱਟ ਕੰਡੀਸ਼ਨਾਂ ਇਹੋ ਜਿਹੀਆਂ ਹੁੰਦੀਆਂ ਨੇ ਉਹਦੀਆਂ ਆਦੀ ਪਿਓਰਟੀ ਹੁੰਦੀ ਆ ਉਹਦੇ 'ਚ ਆਪਾਂ ਉਹ ਜਿਹਾ ਲੈਣੋ ਆਪਾਂ ਨਾ ਵੀ ਲੈਣਾ ਨਾਗ ਆਪਾਂ ਫਿਰ ਵੀ ਲੈ ਲੈਂਦੇ ਹਾਂ ਜੀ ਹਾਂ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਨਸਲਾਂ ਕਈ ਚੱਲਦੀਆਂ ਨੇ ਆਪਣੇ ਬਰਬਰੀ ਹੋ ਗਈ ਬੀਟਲ ਹੋ ਗਈ ਬਾਕੀ ਕੁਝ ਪਹਾੜੀ ਜੇ ਵੀ ਹੁੰਦੇ ਨੇ ਹੋਰ ਜਿਹੜੇ ਦੇਸੀ ਜੀ ਆ ਇੱਕ ਬੋਰ ਹੁੰਦੇ ਹੈਗੇ ਉਹ ਦਾ ਕੰਮ ਕਿਵੇਂ ਰਹਿੰਦਾ ਹੈ ਬੋਰ ਦਾ ਕੰਮ ਤਾਂ ਜੀ ਤੁਹਾਨੂੰ ਪਤਾ ਜੀ 2000 ਰੁਪਏ ਕਿਲੋ ਵਿਕਦਾਗਾ ਜੀ ਤੇ ਲੈਣ ਵੇਲੇ ਉਹੀ ਦੂਜੇ ਬੱਕਰਿਆਂ ਦੇ ਜਿਹੜਾ ਕਾਟੂ ਦਾ ਰੇਟ ਚੱਲਦਾ ਉਸੇ ਰੇਟ ਹੀ ਵਿਕਦੇ ਆ ਠੀਕ ਹੈ ਵੀ ਯਾਨੀ ਕਿ ਭਾਅ ਹੀ ਰਹਿੰਦਾ ਉਹਦਾ ਬਾਅਦ ਚ ਭਾਅ ਹੀ ਰਹਿੰਦਾਗਾ ਹੁਣ ਤੁਸੀਂ ਦੇਖੋ ਵੀ 2000 ਰੁਪਏ ਪਹਿਲਾਂ ਆਪਾਂ ਲੈ ਲਿਆ ਤੇ ਉਹਨੂੰ ਫਿਰ ਆਪਾਂ ਕਿੱਥੇ ਵੇਚਾਂਗੇ ਕਿੱਥੇ ਵੇਚਾਂਗੇ ਜਦੋਂ ਅਗਲਾ 2000 ਸਾਹਮਣੇ ਵਾਲਾ ਆਪਾਂ ਤੋਂ ਲਵੇ ਜਿਹੜਾ ਐ ਕਹਿੰਦਾ ਹੁੰਦਾ ਨਹੀਂ ਜੀ ਇੰਨਾ ਵੇਟ ਕਰਦਾ ਇੱਕ ਦਿਨ ਦੇ ਵਿੱਚ ਉਹ ਗੱਲਾਂ ਕਿਵੇਂ ਨਹੀਂਆਂ ਬਈ ਜੀ ਵੇਟ ਕਰ ਜੇ ਜਿੰਨਾ ਮਰਜ਼ੀ ਕਰ ਜੇ ਵੇਟ ਵੇਟ ਦਾ ਕੁਝ ਖਾਊਗਾ ਤਾਂ ਫੇਰ ਹੀ ਵੇਟ ਕਰੂਗਾ ਜੇ ਵੇਟ ਇੰਨਾ ਕੁਝ ਖਵਾ ਕੇ ਉਹਨੂੰ ਇੰਨੀ ਮਹਿੰਗੀ ਫੀਡ ਪਾ ਕੇ ਤੇ ਵੇਚਣਾ ਹੀ ਆਪਾਂ 300 400 ਰੁਪਏ ਕਿਲੋ ਆ ਉਹ ਤੇ ਫੇਰ ਉਹਨੂੰ ਵੇਚਾਂਗੇ ਕਿੱਥੇ ਆਪਾਂ ਠੀਕ ਹੈ ਇਹ ਗੱਲ ਵੀ ਹੈਗੀ ਆ ਹੁਣ ਬੀਟਲ ਆ ਬੀਟਲ ਜੇ ਕੋਈ ਐਗਰੀਮੈਂਟ ਵੀ ਆਪਣੇ ਨਾਲ ਕਰਨਾ ਚਾਹੇ ਜਿਹੜੇ ਰੇਟ ਲੈ ਕੇ ਜਾਂਦਾ ਉਸ ਰੇਟ ਆਪਾਂ ਵਾਪਸ ਵੀ ਲੈਣ ਨੂੰ ਤਿਆਰ ਬੈਠੇ ਆ ਠੀਕ ਹੈ ਲਿਖਤੀ ਐਗਰੀਮੈਂਟ ਕਰ ਲਿਆ ਆਪਣੇ ਨਾਲ ਹਾਂ ਜਿੰਨੇ ਰੁਪਏ ਕਿਲੋ ਆਪਾਂ ਲੈ ਕੇ ਜਾਊ ਉਹਨੇ ਰੁਪਏ ਆਪਾਂ ਲਾਏ ਵੀ ਤੁਲਾਈ ਨਾਲ ਹੀ ਦੇ ਦੋਗੇ ਤੁਲਾਈ ਨਾਲ ਹੀ ਵਾਪਸ ਲੈ ਲਾਂਗੇ ਉਹਨੇ ਵੇਟ ਵਧਾਉਣਾਗਾ ਹਾਂਜੀ ਠੀਕ ਹੈ ਇਹ ਵੀ ਗੱਲ ਠੀਕ ਹੈ ਹਾਂ ਤੇ ਕਿਸ ਤਰ੍ਹਾਂ ਦਾ ਪ੍ਰੋਸੈਸ ਰਹੇ ਰਿਹਾ ਜਿਹੜਾ ਬੀਟਲ ਬੱਕਰਗਾ ਇਹਦੇ ਬੋਰ ਦੇ ਮੁਕਾਬਲੇ ਵੇਟ ਚ ਬਈ ਬੀਟਲ ਦੀ ਤਾਂ ਵਰਲਡ ਲੈਵਲ ਤੇ ਡਿਮਾਂਡ ਆ ਠੀਕ ਹੈ ਅੱਜ ਕੱਲ ਤਾਂ ਬਾਹਰਲੇ ਕੰਟਰੀਆਂ ਚੋਂ ਇੰਨੇ ਇਹੋ ਜਿਹੇ ਕੰਟਰੀਆਂ ਚੋਂ ਫੋਨ ਆਉਂਦੇ ਜਿਨ੍ਹਾਂ ਦੀ ਆਪਾਂ ਲੈਂਗੁਏਜ ਨਹੀਂ ਸਾਰਿਆਂ ਤੋਂ ਕੰਟਰੀਆਂ ਇਹੋ ਜਿਹੀਆਂ ਆਉਂਦੀਆਂ ਜਿਨ੍ਹਾਂ ਦਾ ਆਪਾਂ ਨਾਂ ਨਹੀਂ ਸੁਣਿਆ ਅਜੇ ਤੱਕ ਹਾਂ ਉਹੋ ਜਿਹੀਆਂ ਕੰਟਰੀਆਂ ਤੋਂ ਫੋਨ ਆਉਂਦੇ ਆ ਜੋ ਟਰਾਂਸਲੇਟ ਕਰਕੇ ਉਹਨਾਂ ਦੇ ਬੰਦੇ ਹੁੰਦੇ ਜਿਹੜੇ ਆਪਣੇ ਪੰਜਾਬੀ ਜਾਂਦੇ ਆ ਉਧਰ ਟਰਾਂਸਲੇਟ ਕਰਕੇ ਉਹ ਆਪਣੇ ਨਾਲ ਗੱਲ ਕਰਦੇ ਆ ਤੇ ਬਈ ਸਾਨੂੰ ਭੇਜੋ ਜੀ ਕਿਵੇਂ ਭੇਜ ਸਕਦੇ ਹੋ ਤੁਸੀਂ ਬਹੁਤ ਡਿਮਾਂਡ ਆ ਬਾਹਰ ਵੀ ਜਾਂਦੇ ਆ ਬਾਹਰਲੇ ਲੋਕ ਵੀ ਲਾਈਕ ਕਰਦੇ ਆ ਹਾਂ ਪਰ ਤੁਸੀਂ ਦੇਖੋ ਵੀ ਇੰਡੀਆ ਹੀ ਨਹੀਂ ਇਕੱਲਾ ਇੰਡੀਆ 'ਚ ਐਡੀ ਡਿਮਾਂਡ ਇੰਡੀਆ 'ਚ ਆਪਾਂ ਇੰਥੇ ਇੱਥੇ ਨਹੀਂ ਪੂਰੇ ਕਰ ਸਕਦੇ ਅੱਜ ਜੇ ਆਪਾਂ ਗੱਲ ਕਰੀਏ ਬਰਬਰੀ ਤੇ ਬੀਟਲ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਆ ਪੂਰੀ ਇੰਡੀਆ ਦੇ ਇਸ ਲਈ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਨਸਲਾਂ ਤੇ ਆਪਣੇ ਘਰੇ ਵੀ ਨਸਲਾਂ ਸਾਂਭ ਕੇ ਰੱਖੋ ਇਹ ਬੱਚੇ ਪੈਦਾ ਕਰੋ ਵੇਚੋ ਵੀ ਸਮੇਂ ਦੇ ਮੁਤਾਬਕ ਸਾਰਾ ਕੁਝ ਬਦਲਦੇ ਜਾਓ ਆਪਣੇ ਠੀਕ ਹੈ ਤੇ ਡਾਕਟਰ ਸਾਹਿਬ ਆਪਾਂ ਟ੍ਰੇਨਿੰਗ ਬੈਚ ਲਗਾਉਂਦੇ ਰਹੇ ਨੇ ਹੁਣ ਕੋਈ ਅੱਗੇ ਟ੍ਰੇਨਿੰਗ ਹੈਗੀ ਹੈ ਸਰਦੀ ਦੇ ਵਿੱਚ ਜਾਂ ਸਰਦੀ ਤੋਂ ਪਹਿਲਾਂ ਟ੍ਰੇਨਿੰਗਾਂ ਕਾਫੀ ਆ ਜੀ ਮੇਰੇ ਕੋਲ ਸਰਕਾਰੀ ਟ੍ਰੇਨਿੰਗਾਂ ਵਾਲੇ ਕਾਫੀ ਆ ਜਾਂਦੇ ਬੈਚ ਠੀਕ ਹੈ ਜੀ ਮੇਰੇ ਕੋਲ ਹੁਣ ਸ਼ਨੀਵਾਰ ਸੰਡੇ ਬੁੱਕ ਹੁੰਦੇ ਆ ਤਕਰੀਬਨ ਠੀਕ ਹੈ ਹੁਣ ਵੀ ਕਿਤੇ ਬਾਹਰ ਸਟੇਟ 'ਚ ਹੋਰ ਟ੍ਰੇਨਿੰਗਾਂ ਮੈਂ ਉੱਥੇ ਜਾ ਰਿਹਾ ਹਾਂ ਜੀ ਤੇ ਸਾਰੇ ਆਪਣੇ ਕੋਲ ਸ਼ਨੀ ਐਤਵਾਰ ਬੁੱਕ ਦੀ ਬੁੱਕ ਹੀ ਚੱਲੀ ਜਾਂਦੇ ਆ ਦੇਣੀ ਵੀ ਪਹਿਲਾਂ ਮਿਲ ਰਿਹਾ ਆਪਾਂ ਯਾਨੀ ਕਿ ਟ੍ਰੇਨਿੰਗ ਦਿੰਦੇ ਹੀ ਰਹਿਣਗੇ ਹਰ ਹਫ਼ਤੇ ਹੁਣ ਵੀ ਆਪਣੇ ਕੋਲ 45-46 ਜਾਣੇ ਨਾ ਐਡਵਾਂਸ ਬੁੱਕ ਪਏ ਆ ਜੀ ਪਰ ਦਿਨ ਨਹੀਂ ਨਿਕਲ ਰਹੇ ਜੀ ਹਾਂ ਟ੍ਰੇਨਿੰਗ ਵਾਸਤੇ ਯਾਨੀ ਕਿ ਸਮਾਂ ਨਹੀਂ ਮਿਲ ਰਿਹਾ ਸਮਾਂ ਨਹੀਂ ਮਿਲ ਰਿਹਾ ਸਹੀ ਗੱਲ ਸੋ ਨਾਮ ਤਾਂ ਦਰਜ ਕਰਵਾਈ ਸਕਦੇ ਨੇ ਜੀ ਨਾਮ ਦਰਜ ਆਪਣੇ ਕੋਲ ਕਰਾ ਸਕਦੇ ਆ ਥੋੜੇ ਦਿਨਾਂ 'ਚ ਆਪਣਾ ਆਨਲਾਈਨ ਹੀ ਐਪ ਆ ਰਿਹਾਗਾ ਉਹ ਤੇ ਆਪਾਂ ਟ੍ਰੇਨਿੰਗ ਦੇਵਾਂਗੇ ਸਾਰਾ ਠੀਕ ਹੈ ਜੀ ਮੰਡੀ ਦੇ ਉਹ ਜਿਹੜੇ ਨਵੇਂ ਵੀਰ ਆਉਂਦੇ ਨੇ ਕੋਈ ਸਾਵਧਾਨੀ ਵਰਤਣੀ ਹੋਏ ਵੀ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਕਿਉਂਕਿ ਤੁਸੀਂ ਬਈ ਜੋ ਵੀ ਨਾਗ ਲੈ ਕੇ ਆਉਂਦਾ ਹਾਂ ਆਪਦੇ ਨਗਾਂ ਦੀ ਵੀਡੀਓ ਅਗਲੇ ਕੋਲੇ ਤਕਰੀਬਨ ਹੋਣੀ ਚਾਹੀਦੀ ਆ ਕਈ ਵਾਰ ਕੋਈ ਨਾਗ ਗੁੰਮ ਹੋ ਜਾਂਦਾ ਹੈਗਾ ਕਈ ਵਾਰ ਕੋਈ ਪਰਚੀ ਨਹੀਂ ਕਰਾ ਕੇ ਜਾਂਦਾ ਕਈ ਵਾਰੀ ਕੋਈ ਇਹੋ ਜਿਹੇ ਬੰਦੇ ਆ ਜਾਂਦੇ ਕਹਿੰਦੇ ਨਾਗ ਸਾਡਾ ਜੀ ਆਪਣੇ ਕੋਲੇ ਉਹ ਚੀਜ਼ਾਂ ਦੀ ਵੀਡੀਓ ਪਹਿਲਾਂ ਘਰੇ ਹੋਣੀ ਚਾਹੀਦੀ ਆ ਪੁਰਾਣੀ ਬਣਾਈ ਵੀ ਬਾਕੀ ਇੱਥੇ ਆ ਕੇ ਆਪਦੀ ਪਰਚੀ ਵਗੈਰਾ ਨਾਂ ਦਰਜ ਕਰਾਓਗੇ ਇੰਨੇ ਨਾਗ ਲੈ ਕੇ ਆਏ ਅਸੀਂ ਇੰਨੇ ਉਹ ਬਾਕੀ ਜੇ ਨਵੇਂ ਬੰਦਿਆਂ ਨੇ ਫਾਰਮ ਕਰਨੇ ਉਹ ਸਾਨੂੰ ਇੱਕ ਵਾਰੀ ਜ਼ਰੂਰ ਮਿਲਣ ਨਾਗ ਲੈਣ ਤੋਂ ਪਹਿਲਾਂ ਜੀ ਸਾਥੋਂ ਰਾਏ ਮਸ਼ਵਰਾ ਲੈ ਲੈਣ ਜੇ ਕੋਈ ਨਾਗ ਲੈ ਰਿਹਾ ਸਾਨੂੰ ਦਿਖਾ ਲੈਣ ਬਈ ਇਹ ਕਿਵੇਂ ਆ ਕਿਉਂਕਿ ਵੀ ਬੜੀ ਸਾਵਧਾਨੀ ਨਾਲ ਚੱਲੋਗੇ ਤਾਂ ਠੱਗੀ ਦੇ ਸ਼ਿਕਾਰ ਤੋਂ ਬਚ ਜਾਓਗੇ ਸਹੀ ਗੱਲ ਹਾਂ ਤੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੇ ਮਾੜਾ ਲੋਕੇਸ਼ਨ ਦੱਸ ਦਿਓ ਜਿਹੜੇ ਨਵੇਂ ਵੀਰ ਨੇ ਕਿਸੇ ਦੇ ਮੰਡੀ ਤੇ ਆਉਣਾ ਹੋਵੇ ਹਾਂਜੀ ਤੁੰਗ ਵਾਲੀ ਪਿੰਡ ਆ ਬਠਿੰਡਾ ਜ਼ਿਲ੍ਹਾ ਪੰਜਾਬ ਦਾ ਪਿੰਡ ਆ ਬਠਿੰਡੇ ਤੋਂ 15 ਕਿਲੋਮੀਟਰ ਸਾਈਡ ਤੇ ਆ ਬੱਸਾਂ ਆਉਂਦੀਆਂ ਨੇ ਜੀ ਬੱਸਾਂ ਆਉਂਦੀਆਂ ਜੀ ਟ੍ਰੇਨਾਂ ਆਉਂਦੀਆਂ ਨੇ ਤੇ ਬਹੁਤ ਸਾਰੇ ਸਾਧਨ ਰੁਕਣ ਦੇ ਸਾਰੇ ਸਾਧਨ ਨੇ ਬਾਕੀ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲਦੇ ਹੁੰਦਾ ਤੁਸੀਂ ਸੰਪਰਕ ਵੀ ਬਣਾ ਸਕਦੇ ਹੋ ਰਾਬਤਾ ਕਰ ਸਕਦੇ ਹੋ ਧੰਨਵਾਦ ਡਾਕਟਰ ਸਾਹਿਬ ਮਿਹਰਬਾਨੀ